your name and badge number. So, जिहड़ा ड्राइवर सीगा इन्हां दा बिहेवियर टुवर्ड द पुलिस ऑफिसर एस्केलेट हो गया सी एज सून एज ट्रैफिक स्टॉप शुरू होया सी। जिहड़े आले दुआले सी वी ओह वी बहुत ज्यादा क्लोज पुलिस ऑफिसर दे आ रहे सी। पुलिस ऑफिसर नूं लगा कि मेरे लिए ये सेफ नहीं हैगा, ये मैनू अटैक कर सकदे किसी भी टाइम। जे ये चार्जेस थोड़े उपर लग जाते हैं तो थोड़ा स्टेटस कैनेडा दे विच एज इंटरनेशनल स्टूडेंट है या विजिटर से आए हैगे थोड़ी डिपोर्टेशन बहुत छेती हो सकती है जे थोड़े उपर दो चार्जेस लग जाते हैं। इन्हां दे विचों काफी मुंडे डिपोर्ट भी किए जा चुके हैं ते हुण ये प्रोजेक्ट असीं फिर दोबारा शुरू कर रहे हैं। This is Sherry Punjab Radio AM 600 Vancouver. ਬਹੁਤ ਬਹੁਤ ਧੰਨਵਾਦ ਸਰਜੀਤ ਸੰਘਾ ਜੀ ਸਾਡੇ ਨਾਲ ਸ਼ਾਮਿਲ ਹੋਣ ਵਾਸਤੇ। ਸਮੀਰ ਜੀ ਸਤਿ ਸ੍ਰੀ ਅਕਾਲ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਾਂਸਟੇਬਲ ਸੰਘਾ, ਤੁਹਾਨੂੰ ਪਤਾ ਹੈ ਕਿ ਜਿਹੜਾ ਇਨਸੀਡੈਂਟ ਹੋਇਆ ਉੱਥੇ ਸਟ੍ਰਾਬਰੀ ਪਲਾਜ਼ਾ ਦੇ ਵਿੱਚ ਪਿਛਲੇ ਵੀਕ ਦੇ ਦੌਰਾਨ, ਜਦੋਂ ਇੱਕ ਪੁਲਿਸ ਆਫਿਸਰ ਦੀ ਕਾਰ ਜਿਹੜੀ ਹੈ ਉਹਦੇ ਆਲੇ ਦੁਆਲੇ ਕੁਝ ਜਿਹੜੇ ਯੰਗਸਟਰ ਸੀ, ਯੂਥ ਸੀ, ਉਹ ਖੜ੍ਹੇ ਸੀ, ਔਰ ਇੱਕ ਵੀਡੀਓ ਜਿਹੜੀਆਂ ਸਰਕੂਲੇਟ ਹੋਈਆਂ, ਇਸ ਮਾਮਲੇ ਦੇ ਵਿੱਚ ਸਾਨੂੰ ਜਾਣਕਾਰੀ ਦਿਓ ਕਿ ਕੀ ਅਪਡੇਟ ਹੈ, ਪੁਲਿਸ ਦੇ ਕੋਲ ਕੀ ਇਨਫੋਰਮੇਸ਼ਨ ਹੈ ਜੀ। ਠੀਕ ਹੈ ਸਮੀਰ ਜੀ, ਪਹਿਲਾਂ ਮੈਂ ਥੋੜ੍ਹੀ ਜਿਹੀ ਬੈਕਗ੍ਰਾਉਂਡ ਇਹਦੇ ਵਿੱਚ ਦੇਣੀ ਤੁਹਾਨੂੰ ਚਾਹੁੰਦੀ ਹੈ ਕਿ ਮਸਲਾ ਹੈ ਕੀ, ਯੂ ਨੋ, ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਦਾ ਨਾਮ ਮੈਂ ਮੈਂਸ਼ਨ ਨਹੀਂ ਕਰਾਂਗੀ। ਨਹੀਂ, ਬਿਲਕੁਲ ਚਾਹੁੰਦੇ ਨਹੀਂ ਸੀ ਜੀ। ਸੋ ਮੈਂ ਬੇਸਿਕਲੀ ਤੁਹਾਨੂੰ ਇੱਕ ਇਹ ਦੱਸ ਦਿੰਦੀ ਕਿ ਸਤੰਬਰ ਦੀ 11 ਤਰੀਕ ਨੂੰ ਸਰੀ RCMP ਨੂੰ ਰਿਪੋਰਟ ਆਈ ਸੀਗੀ ਕਿ ਸਟ੍ਰਾਬੇਰੀ ਹਿੱਲ ਏਰੀਆ ਦੇ ਵਿੱਚ, ਇਹ ਰਿਪੋਰਟ ਸਾਨੂੰ ਆਈ ਸੀਗੀ ਜਿਹੜੀ ਰੀਓ ਕੈਨ ਪ੍ਰੋਪਰਟੀ ਮੈਨੇਜਮੈਂਟ ਹੈਗੀ, ਉਹਨਾਂ ਦੇ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਆ ਉਹ ਸਾਡੇ ਨਾਲ ਬਹੁਤ ਕਲੋਸਲੀ ਕੰਮ ਕਰਦੇ ਹੈਗੇ ਆ। ਸੋ ਜਦੋਂ ਵੀ ਇਸ ਏਰੀਏ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ, ਉਹਨਾਂ ਨੂੰ ਅਸੀਂ ਇੰਸਟਰਕਸ਼ਨ ਦਿੱਤੀਆਂ ਹੈ ਕਿ ਤੁਸੀਂ ਸਾਨੂੰ ਡਾਇਰੈਕਟਲੀ ਫੋਨ ਕਰਨਾ ਤਾਂ ਕਿ ਅਸੀਂ ਉੱਥੇ ਜਾ ਕੇ ਪ੍ਰੋਬਲਮ ਜਿਹੜੀ ਹੈਗੀ ਉਹਨੂੰ ਸੋਲਵ ਕੀਤਾ ਜਾਵੇ। ਸੋ ਸਤੰਬਰ ਦੀ 11 ਤਰੀਕ ਨੂੰ ਸਾਨੂੰ ਇਹ ਰਿਪੋਰਟ ਆਈ ਸੀ ਕਿ ਇੱਕ ਗੱਡੀ ਇਸ ਏਰੀਏ ਦੇ ਵਿੱਚ ਕਾਫ਼ੀ ਪਿਛਲੇ 3 ਘੰਟੇ ਤੋਂ ਚੱਕਰ ਕੱਢ ਰਹੀ ਹੈ ਅਤੇ ਇਹ ਗੱਡੀ ਬਹੁਤ ਹੀ ਜ਼ਿਆਦਾ ਲਾਊਡ ਹੈਗੀ ਆ। ਸਾਡੀ ਪੁਲਿਸ ਸਰਵਿਸ ਵਿੱਚੋਂ ਆਪਣੇ ਪੁਲਿਸ ਆਫਿਸਰ ਗਏ ਉੱਥੇ ਅਤੇ ਉਹਨਾਂ ਨੇ ਐਕਚੁਲੀ ਉਹ ਇਸ ਏਰੀਏ ਦੇ ਵਿੱਚ 8 ਵਜੇ ਪਹੁੰਚੇ ਸੀਗੇ। 8 ਵਜੇ ਤੋਂ ਇਹਨਾਂ ਨੇ ਉਸ ਸਰਕੂਲੇਸ਼ਨ ਆਪਣੀ ਸ਼ੁਰੂ ਕਰ ਦਿੱਤੀ ਉੱਥੇ ਆਪਣੀ ਪੈਟਰੋਲਿੰਗ 8 ਵਜੇ ਤੋਂ, ਅਤੇ ਇਹਨਾਂ ਨੂੰ ਆਪ ਵੀ ਸੁਣੀ ਕਿ ਗੱਡੀ ਹੈਗੀ ਆ ਜਿਹੜੀ ਕਿ ਇੱਥੇ ਘੁੰਮ ਰਹੀ ਆ, ਪਰ ਉਹਨਾਂ ਨੂੰ ਇਹ ਸਪੋਟ ਨਹੀਂ ਕਰ ਸਕੇ। ਸਿਕਿਉਰਿਟੀ ਆਫਿਸਰ ਨੇ ਪਹਿਲੇ 3 ਜਿਹੜੇ ਅੱਖਰ ਹੁੰਦੇ ਲਾਇਸੈਂਸ ਪਲੇਟ ਦੇ ਉਹ ਸਾਨੂੰ ਦਿੱਤੇ ਸੀਗੇ। ਸੋ ਤਕਰੀਬਨ 9 ਵਜੇ ਤੋਂ 20 ਮਿੰਟ ਬਾਅਦ ਸਾਡੇ ਆਫਿਸਰ ਨੇ ਇਸ ਗੱਡੀ ਨੂੰ ਦੇਖਿਆ ਕਿ ਹੁਣ ਪਾਰਕਿੰਗ ਲੋਟ ਵਿੱਚ ਆ ਰਹੀ ਹੈ ਅਤੇ ਸਪੋਟ ਦੇ ਵਿੱਚ ਪੋਲ ਕਰ ਰਹੀ ਆ, ਅਤੇ ਉਹਨਾਂ ਨੇ ਕਨਫਰਮ ਕੀਤਾ ਕਿ ਜਿਹੜੇ ਪਹਿਲੇ 3 ਨੰਬਰ ਸੀਗੇ ਇਸ ਲਾਇਸੈਂਸ ਪਲੇਟ ਉਹ ਸੇਮ ਸੀ ਜਿਹੜੇ ਸਾਨੂੰ ਸਿਕਿਉਰਿਟੀ ਆਫਿਸਰ ਨੇ ਪ੍ਰੋਵਾਈਡ ਕੀਤੇ ਸੀਗੇ। ਸਾਡੇ ਆਫਿਸਰ ਨੇ ਇਸ ਗੱਡੀ ਨੂੰ ਟ੍ਰੈਫਿਕ ਇਨੀਸ਼ੀਏਟ ਕੀਤਾ, ਟ੍ਰੈਫਿਕ ਸਟਾਪ ਉੱਥੇ ਪਾਰਕਿੰਗ ਲੋਟ ਦੇ ਵਿੱਚ। ਆਫਿਸਰ ਹੈਗੇ ਇਹ ਟ੍ਰੈਫਿਕ ਯੂਨਿਟ ਦੇ ਵਿੱਚ ਕੰਮ ਕਰਦੇ ਹੈਗੇ ਆ, ਕਾਫੀ ਚਿਰ ਤੋਂ ਟ੍ਰੈਫਿਕ ਯੂਨਿਟ 'ਚ ਕੰਮ ਕਰ ਰਹੇ ਹੈਗੇ ਆ, ਅਤੇ ਇਹਨਾਂ ਨੇ ਇਸ ਗੱਡੀ ਦੀ ਇੰਸਪੈਕਸ਼ਨ ਕੀਤੀ ਹੈਗੀ ਹੈ। ਈਵਨ ਦੋ ਉਹਨਾਂ ਨੇ ਆਲਰੇਡੀ ਸੁਣ ਲਈ ਸੀ ਕਿ ਆਵਾਜ਼ ਕਿੰਨੀ ਜ਼ਿਆਦਾ ਲਾਊਡ ਹੈਗੀ ਇਸ ਗੱਡੀ ਦੀ, ਫਿਰ ਵੀ ਉਹਨਾਂ ਨੇ ਇੰਸਪੈਕਸ਼ਨ ਕੀਤੀ ਅਤੇ ਉਹਨਾਂ ਨੇ ਦੇਖਿਆ ਹੈਗਾ ਕਿ ਇਸ ਗੱਡੀ ਦਾ ਜਿਹੜਾ ਮਫਲਰ ਹੈਗਾ ਆ ਉਹ ਰਿਮੂਵ ਕੀਤਾ ਹੋਇਆ ਸੀਗਾ, ਅਤੇ ਉਹਦੀ ਥਾਂ 'ਤੇ ਜਿਹੜੀ ਹੁੰਦੀ ਆ ਨੋਇਜ਼ ਮੇਰਿੰਗ ਡਿਵਾਈਸ ਉਹਨੂੰ ਕਹਿੰਦੇ ਆ, ਜਿਹਦੇ ਨਾਲ ਕਿ ਆਵਾਜ਼ ਜਿਹੜੀ ਗੱਡੀ ਤੋਂ ਜ਼ਿਆਦਾ ਵੱਧਦੀ ਆ ਉਹ ਇੰਸਟਾਲ ਕੀਤੀ ਹੋਈ ਸੀ, ਅਤੇ ਇਹ ਬਾਏ ਮੋਟਰ ਵਹੀਕਲ ਐਕਟ ਅਲਾਓ ਨਹੀਂ ਹੈਗਾ। ਸੋ ਇਸ ਪੁਲਿਸ ਆਫਿਸਰ ਨੇ ਉਸ ਜਿਹੜਾ ਡਰਾਈਵਰ ਸੀ ਇਸ ਗੱਡੀ ਦਾ ਉਸਨੂੰ ਟਿਕਟ ਲਿਖ ਕੇ ਦਿੱਤੀ ਹੈਗੀ ਆ, ਜਿਹੜੀ ਕਿ ਵਹੀਕਲ ਡੀਫੈਕਟ ਉਹਨੂੰ ਕਹਿੰਦੇ ਆ, ਉਹਦੇ ਮੋਟਰ ਵਹੀਕਲ ਦੇ ਐਕਟ ਦੇ ਦੌਰਾਨ ਇਹ ਵਾਇਲੇਸ਼ਨ ਟਿਕਟ ਲਿਖ ਕੇ ਦਿੱਤੀ ਆ, ਅਤੇ ਉਹਦੇ ਨਾਲ ਨਾਲ ਇੱਕ ਹੁੰਦਾ ਨੋਟਿਸ ਐਨ ਆਰਡਰ, ਉਹ ਬਾਕਸ 2 ਨੋਟਿਸ ਐਨ ਆਰਡਰ ਲਿਖ ਕੇ ਦਿੱਤਾ ਇਸ ਡਰਾਈਵਰ ਨੂੰ, ਤਾਂ ਕਿ ਜਿਹੜੀਆਂ ਇਹ ਡਿਫਿਸ਼ੀਐਂਸੀ ਹੈਗੀਆਂ ਆ ਇਹਨਾਂ ਨੂੰ ਕਰੈਕਟ ਕਰਕੇ ਤੁਸੀਂ 30 ਦਿਨਾਂ ਦੇ ਵਿੱਚ, ਤੁਹਾਡੇ ਕੋਲ 30 ਦਿਨ ਹੁੰਦੇ ਹੈਗੇ ਆ, 30 ਦਿਨਾਂ ਦੇ ਵਿੱਚ ਜਿਹੜੇ ਡੀਫੈਕਟਸ ਹੈਗੇ ਆ ਉਹਨਾਂ ਨੂੰ ਠੀਕ ਕਰਕੇ ਤੁਸੀਂ ਗੱਡੀ ਲੈ ਕੇ ਆਉਣੀ ਹੈਗੀ ਆ ਪੁਲਿਸ ਵਾਲਿਆਂ ਕੋਲ, ਤਾਂ ਕਿ ਉਹ ਚੈੱਕ ਕਰ ਸਕਣ ਕਿ ਤੁਸੀਂ ਜਿਹੜੀ ਡੀਫੈਕਟ ਸੀ ਉਹਨਾਂ ਨੂੰ ਠੀਕ ਕਰਾ ਲਿਆ, ਅਤੇ ਫਿਰ ਉਹ ਨੋਟਿਸ ਨੂੰ ਆਰਡਰ ਤੁਹਾਡੀ ਨਾਮ ਤੋਂ ਉਠਾ ਲਿਆ ਜਾਂਦਾ ਹੈਗਾ ਆ। ਪਰ ਜੇ 30 ਦਿਨਾਂ ਦੇ ਵਿੱਚ ਤੁਸੀਂ ਉਹ ਫੋਲੋ ਅਪ ਨਹੀਂ ਕੀਤਾ ਹੈਗਾ, ਫਿਰ ਤੁਹਾਡੀ ਗੱਡੀ ਇਮੀਡੀਏਟਲੀ ਜ਼ਬਤ ਕੀਤੀ ਜਾਂਦੀ ਹੈਗੀ ਆ, ਅਤੇ ਤੁਹਾਨੂੰ ਟਿਕਟ ਵੀ $598 ਦੀ ਮਿਲਦੀ ਹੈਗੀ ਆ। ਸੋ ਇਹ ਸੀਗਾ ਇੱਕ ਵਾਇਲੇਸ਼ਨ ਟਿਕਟ ਅਤੇ ਜਿਹੜਾ ਬਾਕਸ 2 ਦਾ ਆਰਡਰ ਦਿੱਤਾ ਸੀਗਾ।
ਸੋ ਇਹ ਜਿਹੜਾ ਡਰਾਈਵਰ ਸੀਗਾ ਇਹਨਾਂ ਦਾ ਬਿਹੇਵੀਅਰ ਟਵਰਡ ਦਾ ਪੁਲਿਸ ਆਫਿਸਰ ਐਸਕਲੇਟ ਹੋ ਗਿਆ ਸੀ ਐਸ ਸੂਨ ਐਸ ਟ੍ਰੈਫਿਕ ਸਟਾਪ ਸ਼ੁਰੂ ਹੋਇਆ ਸੀ ਅਤੇ ਇਹਦੇ ਨਾਲ ਨਾਲ ਜੋ ਇਹਨਾਂ ਦੇ ਫਰੈਂਡ ਸੀਗੇ ਜਾਂ ਉੱਥੇ ਹੋਰ ਬਾਕੀ ਗੈਦਰ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਵੀਡੀਓ ਟੇਪ ਕਰਨਾ ਸ਼ੁਰੂ ਕਰ ਦਿੱਤਾ ਸੀ ਆਫਿਸਰ ਨੂੰ ਆਫਿਸਰ ਕੋਲ ਇੰਨਾ ਵੀ ਟਾਈਮ ਨਹੀਂ ਸੀ ਕਿ ਉਹ ਜਿਹੜੀ ਡਿਵਾਈਸ ਜਿਹੜੀ ਕਿ ਇਨਐਡੀਕੋ ਮਫਲਰ ਦੀ ਯੂਜ਼ ਕਰਕੇ ਕਈ ਵਾਰ ਟਿਕਟ ਲਿਖਦੇ ਹੈਗੇ ਆ ਉਹ ਵੀ ਨਹੀਂ ਯੂਜ਼ ਕਰ ਸਕੇ ਉਸ ਟਾਈਮ ਬਿਕੋਜ਼ ਆਫ ਦ ਕਰਾਊਡ ਜਿਹੜੀ ਉਹਨਾਂ ਨੂੰ ਆਲੇ ਦੁਆਲੇ ਜਿਹੜੇ ਇਕੱਠੇ ਹੋ ਰਹੇ ਸੀ ਇਹਨਾਂ ਦੀਆਂ ਵੀਡੀਓ ਬਣਾ ਰਹੇ ਸੀਗੇ ਉਸ ਵੇਲੇ ਆਫਿਸਰ ਨੇ ਆਪਣਾ ਕੰਮ ਕੀਤਾ ਉਹਨੇ ਟਿਕਟ ਲਿਖੀ ਉਹਨਾਂ ਨੇ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਇਸ ਡਰਾਈਵਰ ਨੂੰ ਡਰਾਈਵਰ ਆਰਗੂਮੈਂਟੇਟਿਵ ਸੀਗਾ ਤੇ ਬਾਲ ਜਿਹੜੇ ਆਲੇ ਦੁਆਲੇ ਸੀ ਉਹ ਵੀ ਬਹੁਤ ਜ਼ਿਆਦਾ ਕਲੋਜ਼ ਪੁਲਿਸ ਆਫਿਸਰ ਦੇ ਆ ਰਹੇ ਸੀ ਪੁਲਿਸ ਆਫਿਸਰ ਨੂੰ ਲੱਗਾ ਕਿ ਮੇਰੇ ਲਈ ਇਹ ਸੇਫ ਨਹੀਂ ਹੈਗਾ ਇਹ ਮੈਨੂੰ ਅਟੈਕ ਕਰ ਸਕਦੇ ਆ ਕਿਸੇ ਵੀ ਟਾਈਮ ਉਹਨੇ ਆਪਣੀ ਗੱਡੀ ਦੇ ਵਿੱਚ ਜਿੰਨੀ ਛੇਤੀ ਹੋ ਸਕਿਆ ਵੜ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਅਬਾਊਟ 40 ਪੀਪਲ ਗੱਡੀ ਦੇ ਉੱਪਰ ਬੈਂਗ ਕਰ ਰਹੇ ਸੀਗੇ ਉਸ ਗੱਡੀ ਨੂੰ ਉੱਥੋਂ ਨਿਕਲਣ ਤੋਂ ਰੋਕ ਰਹੇ ਸੀਗੇ ਉਸ ਪੁਲਿਸ ਆਫਿਸਰ ਦਾ ਰਸਤਾ ਰੋਕਿਆ ਜਾ ਰਿਹਾ ਸੀਗਾ ਪੁਲਿਸ ਆਫਿਸਰ ਨੇ ਦੇਖਿਆ ਕਿ ਮੇਰੇ ਪਿੱਛੇ ਗੱਡੀ ਦੇ ਕੋਈ ਨਹੀਂ ਹੈਗੀ ਸੋ ਉਹ ਬੈਕ ਆਊਟ ਹੋ ਰਿਹਾ ਸੀ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉਹਦੀਆਂ ਲਾਈਟਸ ਤੇ ਸਾਇਰਨ ਆਨ ਸੀ ਉਸ ਵੇਲੇ ਜਦੋਂ ਪੁਲਿਸ ਆਫਿਸਰ ਗੱਡੀ ਬੈਕ ਕਰਕੇ ਉੱਥੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਦੇ ਬੋਨਟ ਤੇ ਵੀ ਹੱਥ ਰੱਖੇ ਹੋਏ ਸੀ ਕਈਆਂ ਨੇ ਬਿਲਕੁਲ ਜੀ ਤੇ ਇਹਨਾਂ ਵਿੱਚੋਂ ਇੱਕ ਬੰਦੇ ਨੇ ਗੱਡੀ ਦੀ ਡਰਾਈਵਰ ਸਾਈਡ ਡੋਰ ਵੀ ਖੋਲਣ ਦੀ ਕੋਸ਼ਿਸ਼ ਕੀਤੀ ਹੈਗੀ ਆ ਐਫ ਵਰਡ ਵੀ ਯੂਜ਼ ਕੀਤਾ ਜਾ ਰਿਹਾ ਸੀ ਕੁਝ ਐਸੇ ਸ਼ਬਦ ਵੀ ਯੂਜ਼ ਹਾਂਜੀ ਕਾਫੀ ਵਰਡ ਤੁਸੀਂ ਸੁਣੇ ਹੋਣੇ ਮੈਂ ਵੀ ਸੋਸ਼ਲ ਜਿਹੜੀਆਂ ਸੋਸ਼ਲ ਮੀਡੀਆ ਤੇ ਪਾਈਆਂ ਵੀਡੀਓ ਮੈਂ ਵੀ ਉਹ ਦੇਖੀਆਂ ਹੈਗੀਆਂ ਸੋ ਕਾਫੀ ਭੱਦੇ ਸ਼ਬਦ ਯੂਜ਼ ਕੀਤੇ ਜਾ ਰਹੇ ਆ ਉਹਨਾਂ ਨੂੰ ਅਬਸਟ੍ਰਕ ਕਰ ਰਿਹਾ ਆ ਤੇ ਮੈਂ ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਇਹ ਜਿਹੜੀਆਂ ਅਬਸਟ੍ਰਕਸ਼ਨ ਆਫ ਜਸਟਿਸ ਸਿਸਟਮ ਤੇ ਇੰਟਿਮੀਡੇਸ਼ਨ ਆਫ ਜਸਟਿਸ ਸਿਸਟਮ ਇਹ ਦੋ ਕ੍ਰਿਮਿਨਲ ਕੋਡ ਦੇ ਚਾਰਜਸ ਹੈਗੇ ਆ ਜੇ ਇਹ ਚਾਰਜਸ ਤੁਹਾਡੇ ਉੱਪਰ ਲੱਗ ਜਾਂਦੇ ਹੈਗੇ ਆ ਤੇ ਤੁਹਾਡਾ ਸਟੈਟਸ ਕੈਨੇਡਾ ਦੇ ਵਿੱਚ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ ਜਾਂ ਵਿਜ਼ਿਟਰ ਤੇ ਆਏ ਹੈਗੇ ਆ ਤੁਹਾਡੀ ਡਿਪੋਰਟੇਸ਼ਨ ਬਹੁਤ ਛੇਤੀ ਹੋ ਸਕਦੀ ਆ ਜੇ ਤੁਹਾਡੇ ਉੱਪਰ ਦੋ ਚਾਰਜਸ ਲੱਗ ਜਾਂਦੇ ਹੈਗੇ ਆ ਬਿਕੋਜ਼ ਜਦੋਂ ਤੁਸੀਂ ਇਸ ਕੰਟਰੀ ਵਿੱਚ ਆਏ ਹੈਗੇ ਆ ਤੁਸੀਂ ਗੈਸਟ ਦੇ ਤੌਰ ਤੇ ਆਏ ਹੈਗੇ ਆ ਜਿਹੜੇ ਇੱਥੇ ਦੇ ਰੂਲਸ ਹੈਗੇ ਆ ਰੈਗੂਲੇਸ਼ਨ ਹੈਗੀ ਆ ਲਾਅ ਇਨਫੋਰਸਮੈਂਟ ਹੈਗੀ ਆ ਉਹਨਾਂ ਦੀ ਰਿਸਪੈਕਟ ਕਰਨਾ ਉਹਨਾਂ ਨੂੰ ਫੋਲੋ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ ਇਹ ਜਿੰਨਾ ਵੀ ਜਿਹੜਾ ਵੀ ਇੰਸੀਡੈਂਟ ਹੋਇਆ ਬਹੁਤ ਹੀ ਮਦਭਾਗੀ ਮੈਂ ਕਹੂੰਗੀ ਘਟਨਾ ਹੈਗੀ ਆ ਸਾਡੀ ਕਮਿਊਨਿਟੀ ਲਈ ਬਿਕੋਜ਼ ਇਹ ਸਿਰਫ ਕੁਛ ਬੰਦੇ ਹੈਗੇ ਆ ਜੋ ਕਿ ਇਹ ਕੰਮ ਕਰ ਰਹੇ ਹੈਗੇ ਆ ਮਜੋਰਟੀ ਆਫ ਜਿਹੜੇ ਪੀਪਲ ਹੈਗੇ ਆਪਣੀ ਕਮਿਊਨਿਟੀ ਦੇ ਬਹੁਤ ਹਾਰਡ ਵਰਕਿੰਗ ਹੈਗੇ ਆ ਤੇ ਉਹ ਲਾਅ ਅਬਾਈਡਿੰਗ ਸਿਟੀਜ਼ਨਸ ਹੈਗੇ ਆ ਸੋ ਇਹ ਬਹੁਤ ਹੀ ਅਨਫੋਰਚੁਨੇਟ ਇਵੈਂਟ ਹੈ ਕਾਂਸਟੇਬਲ ਸੰਘਾ ਇਹਦੇ ਚ ਕੀ ਹੁਣ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਚਿਹਰੇ ਵਿੱਚ ਆਏ ਆ ਜਿਨ੍ਹਾਂ ਦੇ ਉੱਥੇ ਕਿਉਂਕਿ ਜੇ ਪੁਲਿਸ ਆਫਿਸਰ ਖੁਦ ਨੂੰ ਸੇਫ ਨਹੀਂ ਸਮਝ ਰਿਹਾ ਤਾਂ ਸਰੀ ਦੇ ਲੋਕ ਆਪਣੇ ਆਪ ਨੂੰ ਸੇਫ ਕਿੱਥੇ ਸਮਝਦੇ ਹੋਣਗੇ ਮੇਰਾ ਕੁਐਸਚਨ ਇੱਕ ਪੁਲਿਸ ਆਫਿਸਰ ਨੂੰ ਇਹ ਹੈ ਕਿ ਜੇ ਪੁਲਿਸ ਆਫਿਸਰ ਸੇਫ ਨਹੀਂ ਸਮਝ ਰਿਹਾ ਤਾਂ ਲੋਕ ਕਿੱਥੇ ਸੇਫ ਸਮਝਣਗੇ ਕੱਲ੍ਹ ਨੂੰ ਇਸ ਤਰ੍ਹਾਂ ਦੇ ਝੁੰਡ ਤਾਂ ਆਮ ਲੋਕਾਂ ਦੇ ਉੱਤੇ ਵੀ ਪ੍ਰੈਸ਼ਰ ਕਰ ਸਕਦੇ ਆ ਅਸੀਂ ਕਿੱਥੇ ਜਾਵਾਂਗੇ ਕੀ ਪੁਲਿਸ ਇਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਦੇ ਉੱਤੇ ਚਾਰਜਸ ਲਾਊਗੀ ਸਮੀਰ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਆ ਉਹ ਸਾਡੀ ਹਾਲੇ ਇਨਵੈਸਟੀਗੇਸ਼ਨ ਜਾਰੀ ਹੈਗੀ ਆ ਸਾਡੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਆ ਡਰਾਈਵਰ ਦੀ ਬਿਕੋਜ਼ ਉਹਨੂੰ ਵਾਇਲੇਸ਼ਨ ਟਿਕਟ ਇਸ਼ੂ ਕੀਤੀ ਗਈ ਸੀ ਤੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕਹਾਂ ਕੀ ਚਾਰਜਸ ਆਉਣਗੇ ਉਹਨਾਂ ਬਾਰੇ ਮੈਂ ਹਾਲੇ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੀ ਕਿਉਂਕਿ ਇਨਵੈਸਟੀਗੇਸ਼ਨ ਹਾਲੇ ਕੰਪਲੀਟ ਨਹੀਂ ਹੈਗੀ ਸੀਸੀਟੀਵੀ ਫੁਟੇਜ ਵੀ ਦੇਖੀ ਜਾ ਰਹੀ ਆ ਜਿੱਦਾਂ ਕਿ ਤੁਸੀਂ ਦੱਸਿਆ ਮਲਟੀਪਲ ਸੋਸ਼ਲ ਮੀਡੀਆ ਤੇ ਵੀਡੀਓਜ਼ ਹੈਗੀਆਂ ਅਸੀਂ ਉਹ ਸਾਰੀਆਂ ਨੂੰ ਦੇਖ ਰਹੇ ਹਾਂ ਤੇ ਉਹਦੇ ਨਾਲ ਨਾਲ ਸਾਡੇ ਪੁਲਿਸ ਆਫਿਸਰ ਦੀ ਗੱਡੀ ਦੇ ਵਿੱਚ ਵੀ ਕੈਮਰਾਜ ਲੈ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਆਈ ਡੋਂਟ ਵਾਂਟ ਟੇਕ ਯੂ ਸੋ ਮਚ ਟਾਈਮ ਕਿਉਂਕਿ ਇੱਕ ਹੋਰ ਗੈਸਟ ਨੇ ਵੀ ਆਉਣਾ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਨੂੰ ਪੁਲਿਸ ਆਫਿਸਰ ਦੇ ਕੰਡਕਟ ਤੋਂ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਸ਼ਿਕਾਇਤ ਹੈ ਵਟ ਇਜ਼ ਦ ਰਾਈਟ ਵੇ ਟੂ ਅਪਰੋਚ ਇਨ ਦੈਟ ਕੇਸ ਦੇਖੋ ਜੀ ਜਦੋਂ ਵੀ ਸਾਰੇ ਕਹਿੰਦੇ ਦੁੱਧ ਦੇ ਧੁਲੇ ਨਹੀਂ ਹੁੰਦੇ ਜੇ ਕੋਈ ਆਫਿਸਰ ਨੇ ਤੁਹਾਨੂੰ ਚੰਗੀ ਤਰ੍ਹਾਂ ਤੁਹਾਡਾ ਬਿਹੇਵ ਨਹੀਂ ਕੀਤਾ ਹੈਗਾ ਉਹਦੇ ਲਈ ਪ੍ਰੋਸੈਸ ਬਣੀ ਹੋਈ ਹੈਗੀ ਆ ਤੁਸੀਂ ਇੱਕ ਤਾਂ ਹੈਗੀ ਪ੍ਰੋਫੈਸ਼ਨਲ ਸਟੈਂਡਰਡ ਯੂਨਿਟ ਜਿਹੜੀ ਕਿ ਸਾਡੀ ਸਰਵਿਸ ਅਟੈਚਮੈਂਟ ਦੇ ਵਿੱਚ ਹੈਗੀ ਆ ਉੱਥੇ ਤੁਸੀਂ ਅਫੀਸ਼ੀਅਲ ਕੰਪਲੇਂਟ ਲਿਖਾ ਸਕਦੇ ਆ ਜੇ ਤੁਹਾਨੂੰ ਲੱਗਦਾ ਹੈ ਕਿ ਬਿਕੋਜ਼ ਇਹ ਸਹੀ ਆਰ ਸੀ ਐਮ ਪੀ ਦਾ ਮੈਂਬਰ ਆ ਇਹ ਸਹੀ ਆਰ ਸੀ ਐਮ ਪੀ ਨੂੰ ਨਹੀਂ ਇਨਵੈਸਟੀਗੇਟ ਕਰਨੀ ਚਾਹੀਦੀ ਤਾਂ ਇੰਡੀਪੈਂਡੈਂਟ ਏਜੰਸੀ ਵੀ ਹੈਗੀ ਆ ਜਿੱਥੇ ਤੁਸੀਂ ਪੁਲਿਸ ਦੇ ਖਿਲਾਫ ਆਪਣੀ ਕੰਪਲੇਂਟ ਲਿਖਾ ਸਕਦੇ ਆ ਡਿਊ ਪ੍ਰੋਸੈਸ ਹੈਗੀ ਉਹ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਣਗੇ ਕਿ ਉਹਦਾ ਕੀ ਐਂਡ ਰਿਜ਼ਲਟ ਹੈਗਾ ਆ ਅੱਛਾ ਕਾਂਸਟੇਬਲ ਸੰਘਾ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਤੁਸੀਂ ਵੀ ਇੱਕ ਇਮੀਗ੍ਰੈਂਟ ਦੇ ਤੌਰ 'ਤੇ ਇੱਥੇ ਆਏ ਹੋ ਤੁਹਾਡੇ ਫੈਮਿਲੀ ਦੇ ਪਹਿਲੇ ਮੈਂਬਰ ਸ਼ਾਇਦ ਇੱਥੇ ਇਮੀਗ੍ਰੈਂਟ ਦੇ ਤੌਰ 'ਤੇ ਆਏ ਹੋਣਗੇ ਮੈਂ ਖੁਦ ਇੱਕ ਇਮੀਗ੍ਰੈਂਟ ਦੇ ਤੌਰ 'ਤੇ ਆਇਆ ਔਰ ਸਾਡੇ ਲਿਸਨਰ ਜਿਹੜੇ ਹੈ ਸਾਰੇ ਇਮੀਗ੍ਰੈਂਟ ਦੇ ਤੌਰ 'ਤੇ ਹੀ ਇੱਥੇ ਆਏ ਆ ਬਹੁਤ ਸਾਰਿਆਂ ਦੀ ਫੈਮਿਲੀਜ਼ ਅੱਗੋਂ ਬਣੀਆਂ ਜਾਂ ਕਈਆਂ ਦੇ ਮਾਂ ਬਾਪ ਇੱਥੇ ਆਏ ਆ ਐਂਡ ਅਸੀਂ ਸਾਰੇ ਜਿਹੜੇ ਆ ਅਸੀਂ ਪੁਲਿਸ ਦੀ ਰਿਸਪੈਕਟ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਪੁਲਿਸ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਾਸਤੇ ਹੈ ਔਰ ਅਸੀਂ ਖੜ੍ਹੇ ਹਾਂ ਤੁਹਾਡੇ ਨਾਲ ਪਰ ਅਸੀਂ ਇਹ ਵੀ ਨਾਲ ਦੇ ਨਾਲ ਚਾਹੁੰਦੇ ਹਾਂ ਕਿ ਪੁਲਿਸ ਇਸ ਤਰ੍ਹਾਂ ਦੇ ਵਾਕਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦੇ 'ਚ ਜਿਹੜੇ ਵੀ ਲੋਕ
ਕਿਸੇ ਵੀ ਤਰੀਕੇ ਦੇ ਨਾਲ ਇਸ ਤਰੀਕੇ ਦੀ ਇੰਟੀਮੀਡੇਸ਼ਨ ਕਰਦੇ ਆ ਜਾਂ ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਉਹਨਾਂ 'ਤੇ ਸਖਤ ਕਾਰਵਾਈ ਵੀ ਕਰੇ ਦਿਸ ਵਾਟ ਵੀ ਆਰ ਐਕਸਪੈਕਟਿੰਗ ਫਰੋਮ ਯੂ ਐਜ਼ ਵੈਲ ਬਿਲਕੁਲ ਸਮੀਰ ਜੀ ਤੁਸੀਂ ਬਿਲਕੁਲ ਠੀਕ ਆ ਅਤੇ ਮੈਂ ਇਹ ਇੱਥੇ ਦੱਸਣਾ ਜ਼ਰੂਰ ਚਾਹੁੰਦੀ ਹਾਂ ਕਿ ਪਿਛਲੇ ਸਾਲ ਵੀ ਕਾਫੀ ਇੰਸੀਡੈਂਟ ਸਟ੍ਰਾਬੇਰੀ ਹਿੱਲ ਵਿੱਚ ਹੋਏ ਸੀ ਜਿਹਦੇ ਕਰਕੇ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਕਿ ਗੈਂਗ ਇਨਫੋਰਸਮੈਂਟ ਟੀਮ ਅਤੇ ਸੀ ਬੀ ਐੱਸ ਏ ਅਤੇ ਬਾਇਲੋਜ਼ ਨੇ ਹਿੱਸਾ ਲਿਆ ਸੀ ਉਹ ਇਸ ਪ੍ਰੋਜੈਕਟ ਦੇ ਐਂਡ ਦੇ ਵਿੱਚ ਇਹਨਾਂ ਦੇ ਵਿੱਚੋਂ ਕਾਫੀ ਮੁੰਡੇ ਡਿਪੋਰਟ ਵੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਇਹ ਪ੍ਰੋਜੈਕਟ ਅਸੀਂ ਫਿਰ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਤੇ ਹੁਣ ਜਿਹੜਾ ਇਹ ਹੁਲੜਬਾਜ਼ੀ ਇੱਥੇ ਹੋ ਰਹੀ ਹੈ ਹੁਣ ਦੁਬਾਰਾ ਫਿਰ ਸ਼ੁਰੂ ਹੋ ਗਈ ਹੈਗੀ ਆ ਅਤੇ ਸਾਡੇ ਆਫਿਸਰਸ ਇਸ ਏਰੀਆ ਦੇ ਵਿੱਚ ਰਹਿਣਗੇ ਪ੍ਰੋਐਕਟਿਵ ਪੈਟਰੋਲ ਕਰਨਗੇ ਤਾਂ ਕਿ ਜਿਹੜੀਆਂ ਸਾਡੀਆਂ ਫੈਮਿਲੀਜ਼ ਹੈਗੀਆਂ ਉਹ ਇਸ ਏਰੀਆ ਦੇ ਵਿੱਚ ਆ ਕੇ ਆਪਣੀ ਫੈਮਿਲੀਜ਼ ਦੇ ਨਾਲ ਫੀਲ ਸੇਫ ਕਰਨ ਔਰ ਆਮ ਲੋਕ ਜਿਹੜੇ ਅਮਨ ਪਸੰਦ ਲੋਕ ਨੇ ਕਾਨੂੰਨ ਦੇ ਨਾਲ ਜੁੜੇ ਹੋਏ ਨੇ ਕਾਨੂੰਨ ਦੀ ਪਾਲਣਾ ਕਰਦੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਜੇਕਰ ਕੋਈ ਵਿਅਕਤੀ ਇਸ ਤਰੀਕੇ ਦੇ ਨਾਲ ਗੱਡੀ ਲੈ ਕੇ ਜਿਹੜਾ ਇਹ ਕਹਿੰਦਾ ਕਿ ਮੈਂ ਤਾਂ ਮਫਲਰ ਲਵਾ ਕੇ ਹੀ ਘੁੰਮਣਾ ਮੈਂ ਨਹੀਂ ਪਰਵਾਹ ਕਰਦਾ ਕਿ ਸ਼ਾਇਦ ਹੋ ਸਕਦਾ ਕੋਈ ਪੈਸਾ ਉਹਨੂੰ ਕਿਸੇ ਦਰਖਤਾਂ ਤੋਂ ਮਿਲਦਾ ਹੋਵੇ ਜੇਕਰ ਕੋਈ ਵਿਅਕਤੀ ਇਸ ਤਰੀਕੇ ਦਾ ਇਸ ਤਰੀਕੇ ਦੀ ਕੋਈ ਕਾਰਵਾਈ ਕਰ ਰਿਹਾ ਕਿਤੇ ਨੋਇਸ ਪੋਲਿਊਸ਼ਨ ਫੈਲਾ ਰਿਹਾ ਜਾਂ ਕਿਸੇ ਨੂੰ ਖਤਰਾ ਲੱਗਦਾ ਕਿਸੇ ਵਿਅਕਤੀ ਤੋਂ ਤਾਂ ਪੁਲਿਸ ਨੂੰ ਕਿਸ ਤਰੀਕੇ ਨਾਲ ਅਪਰੋਚ ਕੀਤਾ ਜਾ ਸਕਦਾ ਕਿ ਵਟ ਇਜ਼ ਦਾ ਰਾਈਟ ਵੇ ਇਨ ਦੈਟ ਕੇਸ ਤੁਸੀਂ ਆਲਵੇਜ਼ ਨੋਨ ਐਮਰਜੈਂਸੀ 'ਤੇ ਤੁਸੀਂ ਫੋਨ ਕਰ ਸਕਦੇ ਹਾਂ ਅਤੇ ਸਾਡੇ ਕੋਲ ਜਿਹੜੀ ਟ੍ਰੈਫਿਕ ਯੂਨਿਟ ਹੈਗੀ ਆ ਜਿਹਨਾਂ ਉਹਨਾਂ ਕੋਲ ਰੀਪੀਟ ਅਫੈਂਡਰਸ ਹੈਗੇ ਆ ਜਿੱਦਾਂ ਤੁਸੀਂ ਕਿਹਾ ਕਿ ਜੇ ਕੋਈ ਕਹਿੰਦਾ ਹੈ ਕਿ ਮੈਂ ਤਾਂ ਇੱਦਾਂ ਮਫਲਰ ਲਾ ਕੇ ਘੁੰਮਣਾ ਨਹੀਂ ਇੱਦਾਂ ਨਹੀਂ ਹੋਣਾ ਹੈਗਾ ਇਹ ਕੈਨੇਡਾ ਹੈਗਾ ਆ ਤੁਸੀਂ ਇੱਦਾਂ ਨਹੀਂ ਕਰ ਸਕਦੇ ਹੈਗੇ ਤੁਸੀਂ ਨੈਕਸਟ ਟਾਈਮ ਆਪਣਾ ਘਰ ਲੰਘੋਗੇ ਪੁਲਿਸ ਤੁਹਾਡੀ ਵੇਟ ਕਰਦੀ ਹੋਊਗੀ ਕਿ ਦੇਖਦੇ ਹਾਂ ਤੁਹਾਡੀ ਗੱਡੀ ਕਿੰਨੀ ਕੁ ਲਾਊਡ ਹੈਗੀ ਆ ਬਿਕਾਜ਼ ਜਿਹੜੇ ਅਸੀਂ ਇਸ ਕੰਟਰੀ ਦੇ ਵਿੱਚ ਰਹਿੰਦੇ ਹਾਂ ਅਸੀਂ ਪੀਸਫੁਲੀ ਰਹਿਣਾ ਚਾਹੁੰਦੇ ਹਾਂ ਤਾਂ ਕਿ ਦੂਜਿਆਂ ਲੋਕਾਂ ਦੀ ਸ਼ਾਂਤੀ ਭੰਗ ਨਾ ਹੋਵੇ ਤੁਸੀਂ ਇੱਕ ਮਫਲਰ ਲਾ ਕੇ ਬਾਕੀ ਆਲੇ ਦੁਆਲੇ ਸਾਰੇ ਆਪਣੇ ਨੇਬਰਹੁੱਡ ਨੂੰ ਜਿੱਥੇ ਵੀ ਤੁਸੀਂ ਜਾਂਦੇ ਹਾਂ ਡਿਸਟਰਬ ਕਰ ਰਹੇ ਹਾਂ ਇਹ ਕਿਹੋ ਜਿਹੀ ਕਹਿੰਦੇ ਇਟਸ ਨੋਟ ਨਾਈਸ ਇਟਸ ਨੋਟ ਗੁੱਡ ਆਪਾਂ ਸਾਰਿਆਂ ਨੂੰ ਮਿਲ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈਗਾ ਆ ਬਾਕੀ ਲੋਕਾਂ ਦੀਆਂ ਕਦਰ ਉਹਨਾਂ ਦੀ ਵੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈਗੀ ਆ ਆਲ ਰਾਈਟ ਥੈਂਕ ਯੂ ਸੋ ਮਚ ਕਾਂਸਟੇਬਲ ਸੰਘਾ ਤੁਸੀਂ ਆਪਣਾ ਟਾਈਮ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਡੈਫੀਨੇਟਲੀ ਅਸੀਂ ਦੁਬਾਰਾ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਤੁਸੀਂ ਉੱਥੇ ਇਹ ਇਨੀਸ਼ੀਏਟਿਵ ਲਿਆ ਹੈ ਉੱਥੇ ਅਸੀਂ ਬਤੌਰ ਮੀਡੀਆ ਵੀ ਜਾ ਕੇ ਤੁਹਾਡਾ ਸਾਥ ਦਈਏ ਉੱਥੇ ਦੀਆਂ ਕੁਝ ਕਵਰੇਜਸ ਕਰਕੇ ਆਈਏ ਬਿਲਕੁਲ ਸਮੀਰ ਜੀ ਥੈਂਕ ਯੂ ਥੈਂਕ ਯੂ ਦਿਸ ਇਜ਼ ਸ਼ੇਰੀ ਪੰਜਾਬ ਰੇਡੀਓ AM 600 ਵੈਨਕੂਵਰ